दाढ़ी फड़ी किधी दाढ़ी फड़ी करके राय बाहर आ गया दसो किथे है किहदी दाढ़ी फड़ी उस राय की दाढ़ी फड़ी के उस औरत दे भरा दी फड़ी तुसी दसो जिहड़ा भरा ते लफ़ज़ है ओ अखीर ते है और डॉक्टर जोत सिंह ने भी उत्थे यही लिखा है प्रोफेसर राय दी अखीर जोत सिंह ने एक पेपर भेज दिता कि मैं इदां दी गल कोड ही नहीं कीती उन्होंने पेपर भेजा ग्रंथ मेरे सामने पे तुहाडे सामने रखा जा रहा मैं सिर्फ बेनती कर रहा प्रोफेसर मेरी गल सुन लो डॉक्टर साहब मेरी मेरी एक छोटी जी गुजारिश है हाथ जोड़ के बुजुर्ग हो मेरी गल बेनती है सुन लो इस जड़ी दसम ग्रंथ ओरिजिनल विच ये है कि राय ने छल करके उदे भरा नूं कुटिया उदे भरा नूं कुटवाया आप निकल आया और बाद विच उहने कहा भी तुम कुप हम पर चरित बनायो हमहू तुम कह चरित दिखायो देख तू मेरे ते चरित्र खेडना चाहिया मैं चरित्र बना के तैनू दिखा दिता उदे विच है ए छल खेल राय भज आयो बंद साल त्रिए भांत बिठायो ਇਹ ਲਿਖਿਆ ਕਿ ਇਹ ਛਲ ਖੇਡ ਕੇ ਰਾਏ ਉੱਥੋਂ ਨਿਕਲ ਆਇਆ ਰਾਏ ਭੱਜ ਆਇਆ ਸੋ ਤੁਸੀਂ ਕਹਿ ਰਹੇ ਹੋ ਕਿ ਆਪਣੀ ਦਾੜੀ ਫੜ ਕੇ ਘੁਮਾ ਰਹੇ ਹੋ ਕਿ ਉਹਦੀ ਦਾੜੀ ਫੜੀ ਔਰ ਇਹ ਦੱਸੋ ਕਿੱਥੇ ਦਸਮ ਗ੍ਰੰਥ ਕਿੱਥੇ ਆ ਕੇ ਦੂਜਾ ਵੀ ਸਿੱਧਾ ਤੁਸੀਂ ਆਪਣੇ ਗੁਨਾਹ ਨੂੰ ਛੁਪਾਉਣਾ ਚਾਹੁੰਦੇ ਹੋ ਰਾਏ ਲਫ਼ਜ਼ ਅਸੀਂ ਤੇ ਪੜੀ ਚੱਲੋ ਸਾਰੇ ਸਾਰੇ ਚਰਿੱਤਰ ਨੂੰ ਪੜੋ ਤੁਹਾਨੂੰ ਪਤਾ ਲੱਗੇਗਾ ਕਿ ਰਾਏ ਕੌਣ ਹੈ ਕਹਿੰਦਾ ਉਹ ਪ੍ਰੋਫੈਸਰ ਸਾਹਿਬ ਜਾਣਦਾ ਹੈ ਬਕਾਇਦਾ ਉਸ ਪਬਲਿਕ ਵਿੱਚ ਇਹ ਗੱਲ ਕਹਿੰਦਾ ਆਪਣੇ ਸਿੱਖਾਂ ਵਿੱਚ ਇਹ ਗੱਲ ਕਹਿੰਦਾ ਕਿ ਮੇਰੀ ਰਾਤ ਜਿਹੜੀ ਹੈਗੀ ਪਾਂਦੀ ਤੇ ਪਣੀਆਂ ਚੋਰੀ ਹੋ ਗਈ ਹੈ ਇਹਨੂੰ ਭਾਲ ਕੇ ਲਿਆਓ ਸਿੱਖ ਲਿਆਉਂਦੇ ਨੇ ਦਰਬਾਰ ਸਜਦਾ ਇਹ ਸਾਰਾ ਕੁਝ ਕਿਸੇ ਰਾਏ ਦਾ ਹੋ ਰਿਹਾ ਕਿ ਆਨੰਦਪੁਰ ਦੇ ਰਾਜੇ ਦਾ ਹੋ ਰਿਹਾ ਉਹ ਸਾਰੀ ਗੱਲ ਸਭ ਜਿਹੜੀ ਵੀ ਹੋ ਰਹੀ ਹੈ ਜਿਹੜੀ ਉੱਥੇ ਕੁੱਟ ਪਈ ਹੈ ਇਸ ਗ੍ਰੰਥ ਦੇ ਮੁਤਾਬਕ ਔਰਤ ਦੇ ਭਰਾ ਨੂੰ ਰਾਏ ਨੇ ਕੁਟਵਾ ਕੇ ਔਰ ਪੂਰੀ ਕਹਾਣੀ 'ਚ ਰਾਏ ਨੇ ਆਪਣਾ ਕਰੈਕਟਰ ਕਾਇਮ ਰੱਖਿਆ ਉਹਨੇ ਕੇਵਲ ਇਹ ਗੱਲ ਸੋਚੀ ਹੈ ਕਿ ਮੈਂ ਇਸ ਮੁਸੀਬਤ 'ਚੋਂ ਕਿੱਦਾਂ ਨਿਕਲਾਂ ਉਹਨੇ ਆਪਣਾ ਚਰਿੱਤਰ ਕਾਇਮ ਰੱਖਿਆ ਇੱਕ ਵਾਰ ਵੀ ਉਹਨੇ ਨਹੀਂ ਸੋਚਿਆ ਪਰ ਤੁਸੀਂ ਇਹ ਕਿਹਾ ਕਿ ਰਾਏ ਸੋਚਣ ਲੱਗ ਪਿਆ ਕਿ ਮੈਂ ਇੱਦਾਂ ਹੋਏਗਾ ਤੇ ਕੀ ਕਰਾਂ ਡਾਕਟਰ ਜੋਤ ਸਿੰਘ ਨੇ ਵੀ ਉਹ ਕਹਿ ਰਿਹਾ ਥਰਡ ਪਰਸਨ ਪਰ ਸਭ ਜਦੋਂ ਦੇਖੋ ਇੱਦਾਂ ਹੁੰਦਾ ਹੈ ਕਿ ਜਦੋਂ ਓਰਿਜਿਨਲ ਟੈਕਸਟ ਹੈ ਤੁਸੀਂ ਉੱਥੇ ਲੈਕਚਰ ਜਦੋਂ ਵੀ ਦਿੰਦੇ ਹੋ ਤੁਸੀਂ ਅੱਗੋਂ ਤੋਂ ਫਿਰ ਇਹ ਕਹੋ ਕਿ ਡਾਕਟਰ ਜੋਤ ਸਿੰਘ ਨੇ ਕਿਹਾ ਤੁਸੀਂ ਫਿਰ ਇਹਨਾਂ ਕਹੋ ਦਸਮ ਗ੍ਰੰਥ 'ਚ ਹੈ ਜੇ ਤੇ ਦਸਮ ਗ੍ਰੰਥ ਦੀ ਗੱਲ ਹੈ ਸਾਡੇ ਕੋਲ ਪਿਆ ਤੁਸੀਂ ਦਿਖਾ ਦਿਓ ਉਹਦੇ 'ਚ ਕਿੱਥੇ ਹੈ ਡਾਕਟਰ ਜੋਤ ਸਿੰਘ ਦਸਮ ਗ੍ਰੰਥ ਦੇ ਹੀ ਅੱਖ ਕਰ ਰਿਹਾ ਦੇਖੋ ਪ੍ਰੋਫੈਸਰ ਸਾਹਿਬ ਮੈਂ ਪਸਾ ਇੱਕ ਛੋਟੀ ਜਿਹੀ ਗੱਲ ਕਹਾਂਗਾ ਡਾਕਟਰ ਜੋਤ ਸਿੰਘ ਜਿਹੜੇ ਦਸਮ ਗ੍ਰੰਥ ਦੇ ਅਰਥ ਕਰੇ ਚਾਹੇ ਡਾਕਟਰ ਜੱਗੀ ਕਰੇ ਚਾਹੇ ਕੋਈ ਥਰਡ ਪਰਸਨ ਕਰੇ ਚਾਹੇ ਕੋਈ ਉਸਦਾ ਅਨੁਵਾਦ ਕਰੇ ਚਾਹੇ ਰਸ਼ੀਅਨ ਦੇ ਵਿੱਚ ਉਹਦਾ ਅਨੁਵਾਦ ਹੋ ਜਾਵੇ ਉਹ ਆਪਣੇ ਢੰਗ ਨਾਲ ਗੱਲ ਲੈ ਲੈਣਗੇ ਪਰ ਆਪਾਂ ਕਿਸੇ ਵੀ ਉਹਦੇ 100 ਬੰਦਿਆਂ ਨੇ ਘੱਟੋ ਘੱਟ ਮਤਲਬ ਦਸਮ ਗ੍ਰੰਥ ਦੇ ਅਨੁਵਾਦ ਕੀਤੇ ਹੋਣਗੇ ਟੀਕੇ ਹੋਣਗੇ ਸੈਂਚੀਆਂ ਹੋਣਗੀਆਂ ਪਰ ਜਿਹੜੀ ਅਸਲੀ ਦਸਮ ਗ੍ਰੰਥ ਹੈ ਉਹਦੇ ਵਿੱਚ ਜਿਹੜੀ ਕਹਾਣੀਆਂ ਆਪਾਂ ਉਹਦੇ ਆਧਾਰਿਤ ਗੱਲ ਕਰੀਏ ਅਸਲੀ ਦਸਮ ਗ੍ਰੰਥ ਜਿਹੜਾ ਉਹਦੇ ਵਿੱਚ ਤਾਂ ਲਫ਼ਜ਼ ਬੜੇ ਸਪਸ਼ਟ ਨੇ ਜੀ ਵਾਟੀ ਕਲ ਦਾੜੀ ਫੜੀ ਹਾਂਜੀ ਹਾਂਜੀ ਖੋਲੋ ਪੰਨਾ ਖੋਲੋ ਜੀ ਬਿਲਕੁਲ ਠੀਕ ਹੈ ਵਾਕੀ ਕਰਦਾਰੀ ਦਾੜੀ ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਆਪ ਬਹੁਤ ਸਹੀ ਪੜ੍ਹ ਰਹੇ ਹੋ ਜੀ ਵਾਕੀ ਮੈਨੇ ਹੁੰਦਾ ਉਹਦੀ ਸੁਣ ਕੇ ਚੋਰ ਤੋਰ ਕੇ ਅਜਿਓ ਜਾਏ ਦਰ ਪਾਏ ਮਨ ਪਾਈ ਪਣੀ ਪਾਮਨੀ ਤਾਰ ਛਾਰ ਚੋਰ ਸੁਣਤ ਜਾਗੇ ਸਭੇ
ਭਜੇ ਨਾ ਦੀਨ ਦੀਨਾ ਰਾਏ ਭਜੇ ਨਾ ਦੀਨਾ ਰਾਏ ਕਦਮ ਪਾਂਚ ਸਾਤਕ ਲੱਗੇ ਮਿਲੇ ਸ਼ਤਾਬਦੀ ਆਏ ਚੋਰ ਬਚਨ ਸਭ ਹੀ ਸੁਣਤ ਆਏ ਕਾਲੇ ਖੜਗ ਰਾਏ ਪ੍ਰਤ ਆਏ ਭੁੱਖ ਕਹੇ ਤੋਏ ਜਾਨ ਨਾ ਦੇ ਹੂੰ ਤੋਏ ਤਸਕਰ ਜਮ ਧਾਮ ਬਚਾਏ ਹੂੰ ਪਠੇ ਹੂੰ ਪਠੇ ਹੂੰ ना पढ़ो जंप ना करो ओ लिखा दोहरा आगे पाछे दाहने घेर दसो दिसलीन पैन भजन को ना रहो कोई रस्ता भजन दा ना रहा राय जतन योकीन फिर राय ने ए यतन कीता वाकी हर हर चरित्र वाकी राय ने यतन की कीता वाकी ओदे भरा दी और ओ आप बोलो अगे अगे तुसी बोलो अगे बोलो पैसा तुसी बोलो अगे ओदो अगला बोलो की वाकी दा मतलब उस दी किदी वाकी ਇੱਦਾਂ ਦੇ ਪ੍ਰੋਫੈਸਰ ਫਿਰ ਲਵਾਂਗੇ ਕਿ ਉਹ ਜਿਹੜਾ ਸੀਗਾ ਮੋਦੀ ਕੇ ਗਰਖਾਣਾ ਪਾ ਕੇ ਵਾਕਾ ਲੜਕਾ ਮਾਰਿਆ ਥਾ ਤੇ ਫਿਰ ਕੀ ਉਹ ਸ਼ਿਵਜੀ ਦਾ ਮੁੰਡਾ ਮਾਰ ਦਿੱਤਾ ਵਾਕੀ ਪ੍ਰੋਫੈਸਰ ਇਹ ਹੁਣ ਵਿਆਕਰਣ ਦੀ ਬੜੀ ਸਿੱਧੀ ਜੀ ਅਲਫਾਬੈਟ ਹੈ ਕਿਹੜਾ ਭੁਲੇਖੇ ਚ ਜਿੰਦੀ ਗੱਲ ਚੱਲ ਰਹੀ ਹੈ ਉਹ ਕਹਤੇ ਰੇ ਪ੍ਰੋਫੈਸਰ ਕਹਤੇ ਰਹੇ ਹੈ ਪੂਰੀ ਪੜ ਮੈਂ ਪੜ ਦਿੰਨਾ ਮੈਨੂੰ ਜਾਂ ਤੁਸੀਂ ਪੜ ਦਿਓ ਪੂਰਾ ਤੁਸੀਂ ਪੂਰਾ ਪੜ ਦਿਓ ਪੂਰਾ ਦੋਹਰਾ ਪੜ ਦਿਓ ਹਾਂਜੀ ਚਲੋ ਇਹ ਲੰਬਾ ਪੂਰਾ ਪੜ ਦਿਓ ਜਿਹੜਾ ਤੁਸੀਂ ਦੋਹਰਾ ਹੈਗਾ ਪੂਰਾ ਪੜੋ ਪੈਸਾ ਪੜਨਗੇ ਪੂਰਾ ਦੋਹਰਾ ਪੂਰਾ ਪੜ ਦਿਓ ਹਾਂਜੀ ਅੱਗੇ ਹੈ ਕਿ ਅੱਗੇ ਪਾਛੇ ਦਾਣੇ ਹਾਂਜੀ ਘੇਰ ਦੱਸੇ ਘੇਰ ਦੱਸੋ ਜਿਸ ਲੀਨ लगे मोहतरी के गिरो मूछ न खाए खेद न चाहू नर लहो मुस्के लई चढ़ाए लात मुस्त बाजन लगी सिख पहुंचे आए रात रात तय कर रहे हो तो ना सके छुड़ाए बिल्कुल चलो आगे पढ़ो आके प्रात प्रात लफज आए ने आप रा कहंदी रह गई औरत रा कहंदी रह गई जी पर इसे चीज दे आगे पढ़ो प्रोफेसर साहब आगे पढ़ो ना चुप ही है आगे क्योंकि मेरे को तो सारे ਜਿਹੜੇ ਨਾ ਇਸਲੇ ਉਹ ਮੁਸ਼ਕਿਲ ਪੜਨ ਦੀ ਪਈ ਪਈ ਨਹੀਂ ਨਹੀਂ ਅਗਲੀਆਂ ਦੋ ਲਾਈਨਾਂ ਬੜੀਆਂ ਇੰਪੋਰਟੈਂਟ ਹੈ ਪ੍ਰੋਫੈਸਰ ਸਾਹਿਬ ਇਹਦੇ ਨਾਲ ਜੁੜੀਆਂ ਪੜੋ ਨਾ ਅਗਲੀਆਂ ਦੋ ਲਾਈਨਾਂ ਪੜੋ मैं पढ़ते रहा प्रोफेसर साहब देखो ओदे अगलिया दो लाइना जड़िया जूती बहुत मूंड लगाई मुस्के ताकि ऐठ चढ़ाई बंदी साल ते दिया पठाई आन अपनी सेज सुहाई ए छल खेल राय भज आयो ओ राय ए छल खेड के दौड़ आया बंद साल त्रिए प्रात पठायो बंदी साल दे विच ओदे भरा नू भेज दिता सिखियन भेद भेद ना पायो वाही को तस्कर ठहरायो और बाद विच उसने भी किया के ए जड़ा तो उसने राय ने किया उस औरत नू तुम कुप हम पर चरित बनायो हम हूं तुम कह चरित लिखायो ਹਾਂਜੀ 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 ਪਾਸ਼ਾ।